ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਗਟ ਬਟੂਹਾ ਸੋ ਮੌਜੂਦਾ ਹਾਲਾਤਾਂ ਦੀ ਗੱਲ ਜਿਹੜੇ ਪੰਜਾਬ ਤੋਂ ਪ੍ਰਵਾਸ ਕਰ ਰਹੇ ਨੇਗੇ ਬਾਹਰ ਜਾ ਰਹੇ ਨੇ ਉਹ ਕਹਿੰਦੇ ਪੰਜਾਬ ਦੇ ਵਿੱਚ ਕੁਝ ਨਹੀਂ ਜਿਹੜੇ ਪ੍ਰਵਾਸੀ ਯੂਪੀ ਬਿਹਾਰ ਗੁਜਰਾਤ ਹਿਮਾਚਲ ਰਾਜਸਥਾਨ ਤੋਂ ਇੱਥੇ ਆਉਂਦੇ ਨੇ ਤੇ ਉਹ ਕਹਿੰਦੇ ਵੀ ਪੰਜਾਬ ਵਰਗੇ ਨਜ਼ਾਰੇ ਕਿਤੇ ਨਹੀਂ ਸੋ ਸੁਣਿਓ ਗੱਲਬਾਤ ਫਿਰ ਕੀ ਗੱਲਬਾਤ ਹੈ ਤੇ ਕੀ ਸਚਾਈ ਹੈ ਕਮੈਂਟ ਕਰਕੇ ਤੁਸੀਂ ਆਪਣਾ ਰਾਇ ਆਪਣੀ ਜ਼ਰੂਰ ਦਿਓ ਜੀ ਸੋਹਣੇਓ ਪੰਜਾਬ ਦੀ ਸੁਨਾਮਾ ਮੈਂ ਕਹਾਣੀ ਬੋਲਦੇ ਮੈਂ ਸੋਹਣੇ ਇੱਥੇ ਕਈ ਮੇਰੇ ਹਾਨੀ ਰਾਮੂ ਸ਼ਾਮੂ ਆ ਕੇ ਮਹਿਲ ਬਣਾ ਗਏ ਰਾਮੂ ਸ਼ਾਮੂ ਆ ਕੇ ਮਹਿਲ ਬਣਾ ਗਏ ਸਾਡੇ ਆਲੇ ਵਿੱਚ ਗਏ ਵਿਚਾਰੇ ਬੜੇ ਨੇ ਪੰਜਾਬ ਵਾਲੇ ਕਹਿੰਦੇ ਇੱਥੇ ਕੱਖ ਵੀ ਨਹੀਂ ਉਹ ਜੂਪੀ ਵਾਲੇ ਕਹਿੰਦੇ ਜੀ ਨਜ਼ਾਰੇ ਬੜੇ ਨੇ ਪੰਜਾਬ ਵਾਲੇ ਕਹਿੰਦੇ ਇੱਥੇ ਕੱਖ ਵੀ ਨਹੀਂ ਜੂਪੀ ਵਾਲੇ ਕਹਿੰਦੇ ਜੀ ਨਜ਼ਾਰੇ ਬੜੇ ਨੇ ਵਿਹਾਰ ਵਾਲੇ ਕਹਿੰਦੇ ਜੀ ਨਜ਼ਾਰੇ ਬੜੇ ਨੇ ਐਮਪੀ ਵਾਲੇ ਕਹਿੰਦੇ ਜੀ ਨਜ਼ਾਰੇ ਬੜੇ ਨੇ ਕੌਣ ਬੋਲੇ ਝੂਠ ਕੌਣ ਬੋਲਦਾ ਹੈ ਸੱਚ ਜੀ ਕੀ ਹੈ ਸਚਾਈ ਦਿਓ ਕਮੈਂਟਾਂ ਵਿੱਚ ਦੱਸ ਜੀ ਕੌਣ ਬੋਲੇ ਝੂਠ ਕੌਣ ਬੋਲਦਾ ਹੈ ਸੱਚ ਜੀ ਕੀ ਹੈ ਸਚਾਈ ਦਿਓ ਕਮੈਂਟਾਂ ਵਿੱਚ ਦੱਸ ਜੀ ਉਹ ਸਾਡੇ ਕਹਿੰਦੇ ਕੋਈ ਫੜਦਾ ਨਹੀਂ ਇੱਥੇ ਵਾ ਸਾਡੇ ਵਾਲੇ ਕਹਿੰਦੇ ਕੋਈ ਫੜਦਾ ਨਹੀਂ ਵਾ ਦੂਜੇ ਕਹਿੰਦੇ ਇੱਥੇ ਤਾਂ ਸਹਾਰੇ ਬੜੇ ਨੇ ਪੰਜਾਬ ਵਾਲੇ ਪੰਜਾਬ ਵਾਲੇ ਕਹਿੰਦੇ ਪੰਜਾਬ ਵਿੱਚ ਕੱਖ ਵੀ ਨਹੀਂ ਉਹ ਜੂਪੀ ਵਾਲੇ ਕਹਿੰਦੇ ਜੀ ਨਜ਼ਾਰੇ ਵੜੇ ਨੇ ਪੰਜਾਬ ਵਾਲੇ ਕਹਿੰਦੇ ਇੱਥੇ ਕੱਖ ਵੀ ਨਹੀਂ ਵਿਹਾਰ ਵਾਲੇ ਕਹਿੰਦੇ ਜੀ ਨਜ਼ਾਰੇ ਵੜੇ ਨੇ ਗੁਜਰਾਤ ਵਾਲੇ ਕਹਿੰਦੇ ਜੀ ਨਜ਼ਾਰੇ ਵੜੇ ਨੇ ਆਰਜੇ ਵਾਲੇ ਕਹਿੰਦੇ ਜੀ ਨਜ਼ਾਰੇ ਵੜੇ ਨੇ ਪਿੰਡ ਦੀ ਵੋਟਰ ਸੂਚੀ ਕੱਲ ਪੜੀ ਮੈਂ ਭਰੀ ਪਰਵਾਸੀਆਂ ਦੇ ਨਾਲ ਪੜੀ ਮੈਂ ਪਿੰਡ ਦੀ ਵੋਟਰ ਸੂਚੀ ਕੱਲ ਪੜੀ ਮੈਂ ਭਰੀ ਪਰਵਾਸੀਆਂ ਦੇ ਨਾਲ ਪੜੀ ਮੈਂ ਪ੍ਰਗਟ ਬਟੂਹਾ ਚਿੰਤਾ ਚ ਪੈ ਗਿਆ ਉਹ ਪ੍ਰਗਟ ਬਟੂਹਾ ਚਿੰਤਾ ਚ ਪੈ ਗਿਆ ਪੰਚਾਂ ਸਰਪੰਚਾਂ ਕਰੇ ਕਾਰੇ ਬੜੇ ਨੇ ਪੰਜਾਬ ਵਾਲੇ ਕਹਿੰਦੇ ਇੱਥੇ ਕੱਖ ਵੀ ਨਹੀਂ ਜੂਪੀ ਵਾਲੇ ਕਹਿੰਦੇ ਜੀ ਨਜ਼ਾਰੇ ਬੜੇ ਨੇ ਪੰਜਾਬ ਵਾਲੇ ਕਹਿੰਦੇ ਪੰਜਾਬ ਚ ਕੱਖ ਵੀ ਨਹੀਂ ਵਿਹਾਰ ਵਾਲੇ ਕਹਿੰਦੇ ਜੀ ਨਜ਼ਾਰੇ ਫੜੇ ਨੇ ਜੂਪੀ ਵਾਲੇ ਕਹਿੰਦੇ ਜੀ ਨਜ਼ਾਰੇ ਫੜੇ ਨੇ ਐਚਪੀ ਵਾਲੇ ਕਹਿੰਦੇ ਜੀ ਨਜ਼ਾਰੇ ਫੜੇ ਨੇ ਆਰਜੀ ਵਾਲੇ ਕਹਿੰਦੇ ਜੀ ਨਜ਼ਾਰੇ ਬੜੇ ਨੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੇ ਹਜੇ ਤੱਕ ਮੇਰਾ ਪੇਜ ਸਿੰਗਰ ਪ੍ਰਗਟ ਬਟੂਹੇ ਨੂੰ ਫੋਲੋ ਨਹੀਂ ਕੀਤਾ ਸੋ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ